ਅਸਲਾਮ ਵਾਲੇਕੁਮ ਦੋਸਤੋ, ਤੁਸੀਂ ਵੇਖ ਰਹੇ ਹੋ ਇਤਮਾਦ ਟੀ ਵੀ ਅਤੇ ਮੈਂ ਤੁਹਾਡਾ ਦੋਸਤ ਮੁਹੰਮਦ ਆਸਿਫ। ਦੋਸਤੋ, ਤੁਹਾਡੇ ਵਾਸਤੇ ਬਹੁਤ ਹੀ ਖੂਬਸੂਰਤ ਪਹਿਲਾਂ ਇੱਕ ਜੁੱਟੀ ਲੈ ਕੇ ਹਾਜ਼ਰ ਹੋਇਆ। ਕੈਮਰਾਮੈਨ ਜੁੱਟੀ ਵਿਖਾਉਂਦਾ, ਫਿਰ ਆਪਾਂ ਮਾਲਕ ਨਾਲ ਗੱਲ ਕਰਨੇ ਹਾਂ। ਅਤੇ ਜੁੱਟੀ ਵੇਖਣ ਤੋਂ ਪਹਿਲੇ ਦੋਸਤੋ, ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਕੈਮਰਾਮੈਨ ਜੁੱਟੀ ਵਿਖਾ, ਫਿਰ ਆਪਾਂ ਮਾਲਕ ਨਾਲ। ਬਾਹਰ ਨਾ ਜਾ ਅੱਛਾ ਸਭ ਬਾਈ ਉੱਧਰ ਗੱਲ ਕਰੋ। ਦੋਸਤੋ, ਜੁੱਟੀ ਅਸੀਂ ਤੁਹਾਨੂੰ ਵਿਖਾ ਦਿੱਤੀ ਹੈ। ਪਹਿਲਾਂ ਸੁਬਹਾ ਸੁਮਣੀ ਹੈ ਅਤੇ ਤਕਰੀਬਨ 4 ਤੋਂ 5 ਦਿਨ ਘੜਦੀ ਹੈ, ਯਾਨੀ ਕਿ ਸੁਮਣ ਦੇ 4-5 ਦਿਨ ਲੈਂਦੀ ਹੈ। ਹਾਲੀ ਕੜ ਸ਼ਰ ਢਿੱਲੇ ਕੀਤੇ, ਸੋ ਨਾਰਮਲ ਹੀ ਹੈ, ਹਾਲੀ ਤਕਰੀਬਨ ਨੇੜੇ ਨਹੀਂ ਹੈ।
ਅਤੇ ਬਾਕੀ ਘਰ ਅੱਲਾ ਪਾਕ ਨੂੰ ਹੁੰਦਾ ਜਦੋਂ ਮਰਜ਼ੀ, ਲੇਕਿਨ ਤਿੰਨ ਚਾਰ ਦਿਨ ਅੰਦਾਜ਼ਾ ਨਹੀਂ ਹੈ ਕਿ ਕੱਢਦੀ ਹੈ। ਪਹਿਲਾਂ ਸੁਬਹਾ ਸੋਹਣੀ ਹੈ, ਦਰਮਿਆਨੇ ਕੱਢਦੀ ਹੈ, ਦਰਮਿਆਨੀ ਵੇਲਦੀ ਹੈ ਬਿਲਕੁਲ, ਅਤੇ ਸੋਹਣੀ ਜੁੱਟੀ ਹੈ। ਐਡਰੈਸ ਦੱਸੋ ਅਤੇ ਮਾਲਕ ਦਾ ਨੰਬਰ ਦਿਓ ਅਤੇ ਮਾਲਕ ਦਾ ਚੱਕ ਨੰਬਰ 414 ਜਲਵਾਣਾ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ ਦੋਸਤੋ, ਜਿੱਥੇ ਜੁੱਟੀ ਖੜੋਤੀ ਹੋਈ ਹੈ। ਅਤੇ ਬਈ ਜੁੱਟੀ ਮਾਲਕ ਨਾਲ ਸਾਡੀ ਗੱਲ ਹੋਈ ਹੈ ਫੋਨ 'ਤੇ, ਘਰ ਉਹ ਇਸ ਟਾਈਮ ਨਹੀਂ ਹਨ, ਘਰ ਉਹਨਾਂ ਦੇ ਯਾਨੀ ਕਿ ਬੀਬੀਆਂ ਹਨ, ਅਤੇ ਉਹਨਾਂ ਨੇ ਨੰਬਰ ਦਿੱਤਾ ਅਤੇ ਉਹਨਾਂ ਨਾਲ ਗੱਲ ਹੋਈ ਸਾਡੀ। ਉਹਨਾਂ ਜੀ ਫੋਨ ਕਰਕੇ ਇਹੀ ਗੱਲ ਕੀਤੀ ਕਿ ਸਾਡਾ ਫਾਈਨਲ ਰੇਟ 1,60,000 ਰੁਪਇਆ ਹੈ, ਇਸ ਤੋਂ ਘੱਟ ਅਸਾਂ ਕੋਈ ਨਹੀਂ ਦੇਣੀ। ਤਕਰੀਬਨ 3-4 ਦਿਨ ਕੱਢਦੀ ਦੋਸਤੋ, ਤੁਹਾਨੂੰ ਅੱਗੇ ਵੀ ਦੱਸਿਆ, ਅਤੇ ਪਹਿਲਾਂ ਸੁਬਹਾ ਸੋਹਣੀ ਹੈ, ਦਰਮਿਆਨੇ ਕੱਢਦੀ, ਦਰਮਿਆਨੀ ਵੇਲ, ਅਤੇ ਬੜੀ ਸੋਹਣੀ ਜੁੱਟੀ ਬਣੀ ਖੜੀ ਹੈ ਮਾਸ਼ਾਅੱਲਾ। ਅਤੇ ਅੱਗੇ ਤੁਹਾਡੀ ਮਰਜ਼ੀ ਦੀ ਗੱਲ ਹੈ, ਤੁਹਾਡੀ ਖੁਸ਼ੀ ਦੀ ਗੱਲ ਹੈ, ਅਗਰ ਤੁਹਾਨੂੰ ਪਸੰਦ ਆਉਂਦੀ ਹੈ ਤਾਂ ਸਾਡੇ ਨਾਲ ਰਾਬਤਾ ਕਰਨਾ ਚਾਹੋ, ਸਾਡੇ ਨਾਲ ਕਰ ਸਕਦੇ ਹੋ। ਜੇ ਅਗਰ ਤੁਸੀਂ ਮਾਲਕਾਂ ਨਾਲ ਡਾਇਰੈਕਟ ਕਰਨਾ ਚਾਹੁੰਦੇ ਹੋ ਤਾਂ ਉਹ ਮਾਲਕਾਂ ਦਾ ਅਸੀਂ ਨੰਬਰ ਵਿੱਚ ਬੋਲ ਛੱਡਣੇ ਆ, ਅਤੇ ਤੁਸੀਂ ਉਹਨਾਂ ਨਾਲ ਰਾਬਤਾ ਕਰ ਸਕਦੇ ਹੋ। 0308-081-84-14 0308-081-84-14 ਮੁਹੰਮਦ ਆਮਰ ਨਾਮ ਹੈ ਲੜਕੇ ਦਾ। ਆਮਰ ਇਸ ਦਾ ਨਾਂ ਹੀ ਨੇ, ਨੰਬਰ ਤੁਹਾਨੂੰ ਦੋਸਤੋ ਬੋਲ ਦਿੱਤਾ। ਇਸ ਨਾਲ ਰਾਬਤਾ ਕਰਨਾ ਚਾਹੋ ਤਾਂ ਨੋ ਪ੍ਰੋਬਲਮ, ਕੋਈ ਮਸਲਾ ਨਹੀਂ ਹੈ ਜੀ, ਬਿਸਮਿਲ੍ਲਾ। ਸਾਡੇ ਨਾਲ ਅੱਗਾ ਕਰਨਾ ਚਾਹੋ ਸਾਡੇ ਨਾਲ ਕਰ ਸਕਦੇ ਹੋ, ਲੇਕਿਨ ਰੇਟ ਉਹਨਾਂ ਨੇ ਇਹ ਗੱਲ ਫਾਈਨਲ ਕੀਤੀ, 1,60,000 ਰੁਪਇਆ ਲੈਣਾ, ਅਤੇ ਇਹ ਕਨਫਰਮ ਹੀ ਨੇ ਜੀ ਦੋਸਤੋ। ਬਾਕੀ ਤੁਹਾਡੀ ਪਸੰਦ ਦੀ ਗੱਲ ਹੈ, ਅਤੇ ਅੱਗੇ ਤੁਹਾਨੂੰ ਦੱਸਿਆ ਦਰਮਿਆਨੀ ਹੈ, ਅਤੇ ਦਰਮਿਆਨੀ ਕਰਦੀ ਤਾਂ ਦਰਮਿਆਨੇ ਹੀ ਰੇਟ ਦੀ ਹੈ। ਅਤੇ ਅੱਗੇ ਤੁਹਾਡੇ ਦੋਸਤੋ ਪਸੰਦ ਦੀ ਗੱਲ ਹੈ, ਅਤੇ ਦੋਸਤੋ ਫਿਰ ਕਹਿੰਦੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਬੈਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ। ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਤੋਂ, ਇਜਾਜ਼ਤ ਦਿਓ, ਖੁਦਾ ਹਾਫਿਜ਼।